ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ US ਇਮੀਗ੍ਰੇਸ਼ਨ। ਇਸ ਪ੍ਰੋਗਰਾਮ ਵਿੱਚ ਜਿੱਥੇ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਉਹਨਾਂ ਤੇ ਇੱਕ ਝਾਤ ਮਾਰਦੇ ਆ। ਪਹਿਲੀ ਖਬਰ ਇਹ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਦਰਨ ਬਾਰਡਰ ਤੇ ਉਹ ਗਏ ਆ, ਕਿਉਂਕਿ ਸਦਰਨ ਬਾਰਡਰ ਜਿਹੜਾ ਅਮਰੀਕਾ ਦਾ ਖਾਸ ਕਰਕੇ ਮੈਕਸੀਕੋ ਦੇ ਨਾਲ ਲੱਗਦਾ ਉੱਥੇ ਕਾਫੀ ਵੱਡਾ ਜਿਹੜਾ ਕ੍ਰਾਈਸਿਸ ਸਮਝਿਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੋਂ ਐਂਟਰ ਕਰਦੇ ਆ ਇਲੀਗਲੀ ਅਨਡਾਕੂਮੈਂਟਡ, ਅਤੇ ਜਾਂ ਵੇਟ ਕਰ ਰਹੇ ਆ ਮੈਕਸੀਕੋ ਦੇ ਵਿੱਚ ਐਂਟਰ ਕਰਨ ਲਈ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਉੱਥੇ ਜਿਹੜਾ ਵਿਜ਼ਿਟ ਕੀਤਾ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਵੀ ਇੱਕ ਪੋਲਿਸੀ ਜਿਹੜੀ ਹੈਗੀ ਆ ਉਹ ਲੇ ਡਾਊਨ ਕੀਤੀ ਸੀਗੀ। ਇੱਕ ਤਾਂ ਉਹਨਾਂ ਨੇ ਜਿਹੜਾ ਟਾਈਟਲ 42 ਆ ਉਹ ਲਾਗੂ ਕੀਤਾ, ਕਿਉਂਕਿ ਇਹਦੇ ਬਾਰੇ ਜਿਹੜੀ US ਸੁਪਰੀਮ ਕੋਰਟ ਆ ਉਹਨੇ ਕਿਹਾ ਸੀਗਾ ਵੀ ਟਾਈਟਲ 42 ਤੁਸੀਂ ਬੰਦ ਨਹੀਂ ਅਜੇ ਕਰ ਸਕਦੇ, ਇਹਨੂੰ ਜਾਰੀ ਰੱਖੋ। ਅਤੇ ਇਹ ਬੰਦ ਹੋਣਾ ਸੀ, ਬੰਦ ਹੋਣ 'ਤੇ ਸਟੇਅ ਲਾਤੀ ਸੀ ਕੋਰਟ ਨੇ, ਅਤੇ ਉਹਦੇ ਕਰਕੇ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਜਾਰੀ ਰੱਖਿਆ। ਟਾਈਟਲ 42 ਦੇ ਅੰਡਰ ਸਰਕਾਰ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਇੱਥੇ ਆਉਣ ਤੋਂ ਮਨਾ ਕਰ ਸਕਦੀ ਆ, ਇਸ ਗਰਾਊਂਡ 'ਤੇ ਕਿ ਉਹ ਜੇ ਆਇਆ ਤਾਂ ਇੱਥੇ ਹੈਲਥ ਜਿਹੜੇ ਇਸ਼ੂਜ਼ ਨੇ ਉਹ ਖੜ੍ਹੇ ਹੋ ਸਕਦੇ ਨੇ, ਉਹ ਬਿਮਾਰੀ ਫੈਲਾ ਸਕਦਾ, ਇੱਥੇ ਕੋਈ ਮਹਾਂਮਾਰੀ ਫੈਲਾ ਸਕਦਾ, ਇਸ ਕਰਕੇ ਉਹ ਜਿਹੜਾ ਹੈਗਾ ਟਾਈਟਲ 42 ਇਹਦਾ ਯੂਜ਼ ਕੀਤਾ ਜਾਂਦਾ। ਇਸ ਪ੍ਰੋਵੀਜ਼ਨ ਦਾ ਜਿਹੜੀ ਪਿਛਲੀ ਸਰਕਾਰ ਸੀ ਟਰੰਪ ਦੀ ਉਹਨੇ ਬਹੁਤ ਜ਼ਿਆਦਾ ਯੂਜ਼ ਕੀਤਾ, ਅਤੇ ਇਹਨਾਂ ਨੇ ਬੰਦ ਕਰਤਾ ਸੀਗਾ, ਲੇਕਿਨ ਕਈ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਕੋਰਟਾਂ 'ਚ ਕੇਸ ਕੀਤੇ, ਕੋਰਟਾਂ ਨੇ ਫਿਰ ਲਾਓ ਕਰਤਾ, ਅਤੇ ਇਸ ਕਰਕੇ ਇਹ ਸਰਕਾਰ ਨੇ ਵੀ ਜਾਰੀ ਰੱਖਿਆ, ਫਿਰ ਇਹਨਾਂ ਨੇ ਬੰਦ ਕਰਤਾ, ਹੁਣ ਫਿਰ ਦੁਬਾਰਾ ਸੁਪਰੀਮ ਕੋਰਟ ਨੇ ਕਿਹਾ ਵੀ ਇਹਨੂੰ ਜਾਰੀ ਰੱਖੋ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਪੋਲਿਸੀ ਜਿਹੜਾ ਐਲਾਨ ਕੀਤਾ ਉਹ ਵੀ ਕੀਤਾ, ਉਹਨਾਂ ਨੇ ਇੱਕ ਸਰਟਨ ਨੰਬਰ ਰੱਖਤਾ ਵੀ ਇੰਨੇ ਬੰਦਿਆਂ ਨੂੰ ਹੀ ਅਸੀਂ ਅਲਾਓ ਕਰਾਂਗੇ, ਖਾਸ ਕਰਕੇ ਜਿਹੜੇ ਉਹ ਮੁਲਕ ਹੈਗੇ ਆ ਸੈਂਟਰਲ ਅਮੈਰੀਕਾ ਦੇ ਉਹਨਾਂ ਵਿੱਚੋਂ ਜਿਹੜੇ ਆਉਂਦੇ ਆ। ਉਹਦੇ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ US ਹਾਊਸ ਆਫ ਜਿਹੜੇ ਰੈਪ੍ਰਜੈਂਟੇਟਿਵ ਆ ਉਹਦੇ ਨਵੇਂ ਸਪੀਕਰ ਬਣੇ ਆ ਕੈਵਿਨ ਮਕਾਰਥੀ, ਜੋ ਕਿ ਰਿਪਬਲਿਕਨ ਪਾਰਟੀ ਦੇ ਲੀਡਰ ਨੇ, ਅਤੇ ਤੁਹਾਨੂੰ ਪਤਾ ਹੀ ਆ ਪਿੱਛੇ ਇਲੈਕਸ਼ਨ ਹੋਈ ਸੀ ਨਵੰਬਰ 'ਚ, ਅਤੇ ਉਹਦੇ ਵਿੱਚ ਜਿਹੜਾ ਹਾਊਸ ਆਫ ਰੈਪ੍ਰਜੈਂਟੇਟਿਵ ਉਹਦੇ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਆ ਉਹਦੀ ਮੈਜੋਰਟੀ ਆ ਗਈ, ਸੈਨੇਟ ਦੇ ਵਿੱਚ ਅੱਜ ਵੀ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਮੈਜੋਰਟੀ ਆ, ਅਤੇ ਉਹਨਾਂ ਨੇ ਜਿਹੜੇ ਕੈਵਿਨ ਮਕਾਰਥੀ ਨੇ ਕਿਹਾ ਕਿ ਜਿਹੜਾ ਸਦਰਨ ਬਾਰਡਰ ਆ ਉੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕ੍ਰਾਈਸਿਸ ਆ, ਬਹੁਤ ਲੋਕ ਅਨਡਾਕੂਮੈਂਟਡ ਆ ਰਹੇ ਨੇ, ਅਤੇ ਅਸੀਂ ਇਹਨੂੰ ਟੈਕਲ ਕਰਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਹੁਣ ਸਾਡੀ ਇਹ ਪ੍ਰਾਇਓਰਟੀ ਹੋਏਗੀ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਆਉਣ ਤੋਂ ਬਾਰਡਰ 'ਤੇ ਰੋਕਣਾ। ਪਰ ਇਹਦੇ 'ਚ ਇੱਕ ਗੱਲ ਹੈ ਕਿ ਜਿਹੜਾ ਹਾਊਸ ਇਕੱਲਾ ਕੁਛ ਨਹੀਂ ਕਰ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲਾਅ ਤਾਂ ਬਣਦਾ ਜੇ ਪਹਿਲਾਂ ਹਾਊਸ ਪਾਸ ਕਰੇ, ਫਿਰ ਸੈਨੇਟ ਪਾਸ ਕਰੇ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਅੱਗੇ ਜਾਵੇ ਪ੍ਰੈਜ਼ੀਡੈਂਟ ਕੋਲ ਸਾਈਨ ਕਰਨ ਲਈ। ਹੁਣ ਸੈਨੇਟ ਦੇ ਵਿੱਚ ਤਾਂ ਮੈਜੋਰਟੀ ਜਿਹੜੀ ਹੈਗੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੀ ਆ, ਅਤੇ ਜਿਹੜਾ ਹਾਊਸ ਉਹਦੇ ਵਿੱਚ ਰਿਪਬਲਿਕਨ ਦੀ ਆ, ਸੋ ਇਹਨਾਂ ਦੀ ਆਪਸੀ ਸਹਿਮਤੀ ਜਿਹੜੀ ਆ ਉਹ ਬਣਨੀ ਮੁਸ਼ਕਲ ਆ। ਇੱਕ ਗੱਲ ਜ਼ਰੂਰ ਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਰਿਫੋਰਮ ਪਿੱਛੇ ਹੋ ਰਿਹਾ ਸੀ ਜਾਂ ਕੋਸ਼ਿਸ਼ ਹੋ ਰਹੀ ਸੀ ਕਿ ਕੋਈ ਲਾਅ ਪਾਸ ਹੋਵੇ ਰਿਫੋਰਮ ਦਾ, ਜਿਹੜੇ ਬਿੱਲ ਪਾਸ ਹੋ ਕੇ ਗਏ ਸੀ ਸੈਨੇਟ ਜਿਹੜੇ ਨਹੀਂ ਪਾਸ ਹੋਏ ਉੱਥੇ, ਉਹਨਾਂ ਦੀਆਂ ਹੁਣ ਚਾਂਸ ਬਹੁਤ ਘੱਟ ਗਏ ਆ, ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ ਜੇ ਇਸ ਟਾਈਮ ਉਹ ਇਮੀਗ੍ਰੇਸ਼ਨ ਦੇ ਜ਼ਿਆਦਾ ਫੇਵਰ ਵਿੱਚ ਨਹੀਂ। ਅਤੇ ਇਹ ਜਿਹੜੇ ਹੁਣ ਬਿਆਨ ਦਿੱਤੇ ਨੇ ਕੈਵਿਨ ਮਕਾਰਥੀ ਨੇ ਜਾਂ ਜਿਹੜੇ ਹੋਰ ਲੀਡਰਾਂ ਨੇ, ਉੱਥੋਂ ਲੱਗਦਾ ਕਿ ਉਹ ਅਜੇ ਵੀ ਇਸੇ ਸੋਚ ਦੇ ਧਾਰਨੀ ਹੈਗੇ ਆ ਕਿ ਇਮੀਗ੍ਰੈਂਟਸ ਜਿਹੜੇ ਨੇ ਉਹ ਘੱਟ ਤੋਂ ਘੱਟ ਆਉਣ ਅਤੇ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ। ਇਹਦੇ ਨਾਲ ਨਾਲ ਜਿਹੜੀ ਹੁਣ USCIS ਦੀ ਅਪਡੇਟ ਹੈ ਵੀ ਉੱਥੇ ਬਹੁਤ ਜ਼ਿਆਦਾ ਬੈਕਲੋਗ ਹੈ, ਬਹੁਤ ਜ਼ਿਆਦਾ ਕੇਸ ਜਿਹੜੇ ਪੈਂਡਿੰਗ ਨੇ ਅਤੇ ਉਹਨੂੰ ਬਹੁਤ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ, ਅਤੇ ਇਹਦਾ ਜਿਹੜਾ ਉਹ ਹੁਣ ਕਿਹਾ ਹੈ ਸਰਕਾਰ ਨੇ ਵੀ ਅਸੀਂ ਇਹਨੂੰ ਇੰਪਰੂਵ ਕਰਾਂਗੇ, ਹੁਣ ਦੇਖੋ ਉਹ ਕੀ ਇੰਪਰੂਵ ਕਰਦੇ ਆ। ਅਗਲੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਫੀਸਾਂ ਬਾਰੇ ਆ ਕਿ ਜਿਹੜੀ ਇਮੀਗ੍ਰੇਸ਼ਨ ਹੈ ਉਹਨੇ ਇੱਕ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਪ੍ਰਪੋਜ਼ ਕੀਤਾ ਕਿ ਫੀਸਾਂ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਦੀਆਂ ਉਹ ਵਧਾਈਆਂ ਜਾਣ। ਇਹ ਸਾਰੇ ਜਿਹੜੇ ਫਾਰਮ ਨੇ ਇਮੀਗ੍ਰੇਸ਼ਨ 'ਤੇ ਉਹਨਾਂ 'ਤੇ ਨਹੀਂ ਲਾਗੂ ਹੋਣਗੀਆਂ, ਪਰ ਕੁਝ ਜਿਹੜੇ ਫਾਰਮ ਹੈਗੇ ਆ ਜਿਹੜੇ ਆਪਾਂ ਭਰਦੇ ਉਹਨਾਂ 'ਤੇ ਲਾਗੂ ਹੋਣਗੀਆਂ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਨਵੀਆਂ ਫੀਸਾਂ ਨੇ ਇਹ ਇਮੀਗ੍ਰੇਸ਼ਨ ਨੂੰ ਅਲਾਓ ਕਰਨਗੀਆਂ ਆਪਣੇ ਖਰਚੇ ਪੂਰੇ ਕਰਨ ਲਈ, ਕਿਉਂਕਿ ਜਿਹੜਾ USCIS ਆ ਇਹਨਾਂ ਦਾ ਜਿਹੜਾ ਖਰਚਾ ਆ ਉਹ ਜ਼ਿਆਦਾ ਜਿਹੜੀਆਂ ਆਪਾਂ ਫੀਸਾਂ ਪੇ ਕਰਦੇ ਹਾਂ ਉਹ ਤੋਂ ਚੱਲਦਾ। ਅਤੇ ਇਹਨਾਂ ਨੇ January 4 ਨੂੰ ਇਹ ਜਿਹੜਾ ਹੈਗਾ ਇਹ ਰੂਲ ਮੇਕਿੰਗ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਹੈਗੇ ਆ ਨੋਟਿਸ ਆਫ ਪ੍ਰਪੋਜ਼ਡ ਰੂਲ ਮੇਕਿੰਗ NPRM ਉਹ ਜਾਰੀ ਕੀਤਾ। ਅਤੇ ਇਹਨਾਂ ਨੇ ਕਿਹਾ ਵੀ ਸਰਟਨ ਜਿਹੜੇ ਫਾਰਮ ਨੇ ਉਹਨਾਂ ਦੀ ਜਿਹੜੀਆਂ ਫੀਸਾਂ ਵਧਾਈਆਂ ਜਾਣਗੀਆਂ। ਇੱਥੇ ਤਰੀਕਾ ਇਹ ਹੁੰਦਾ ਵੀ ਪਹਿਲਾਂ ਜਿਹੜਾ
वो नोटिस हैगा वो जारी किया जाता वो जिहड़ा इत्थे दा फैडरल रजिस्टर उहदे पबलिश किया जाता उदों बाद लोगों नूं टाइम जिहड़ा हैगा वह मुहैया कराया जाता भी वह रिस्पोंस दे सकन जां जिहड़ी पबलिक आ कमेंट करे उदों बाद 60 दिन दे बाद इहनूं फाइनल जिहड़ा वो कर दिता जाता है। सो 60 दिन जनवरी 4 तों बाद होणगे ऑलमोस्ट मार्च च। सो मार्च तों इह नवीं फीसां जिहड़ियां वह लागू होणगियां। हुण जिहड़ियां कैटेगरियां दे विच इमीग्रेशन ने फीसां वधाईआं ने वह हैगियां जी जिहड़ी I-129H1B की जिहड़ी एप्लीकेशन हुंदी आ इहदी हुण फीस है $460 यह वध के हो जाएगी $780। जिहड़ी I-129 फार्म है जिहनूं L1 वीज़ा जिहड़ा कि यानी कि काम वास्ते किया जाता खास करके जिहड़े इंपलॉइज़ ने होर कंपनियां दे बाहरों इत्थे काम करन आउंदे आ उहनां लई उहदी जिहड़ी पहलां फीस आ 460 आ वह वध के हुण होएगी जी 1385। तीसरा हैगा I-129 जिहड़ा O1 वीज़े लई आ उहदी हैगी 460 ते हुण हो जाएगी 1055। I-539 जिहड़ा डिपेंडेंट आ उहदी हैगी 370 यह हो जाएगी 620। I-140 जिहड़ा इमीग्रेंट वीज़ा आ इहदे लई जदों इस फार्म ते अप्लाई किया जाता जिहड़े केस उहनां दी हुण फीस हैगी 700 फिर हो जाएगी 715। I-140 इमीग्रेशन जिहड़ा वीज़ा ऑनलाइन इहदी फीस 700 आ यह जिहड़ी हैगी घटा के 555 हो जाएगी जे तुसीं इहनूं ऑनलाइन भरदे हो। I-485 जिहड़ा कि सारिआं तों इंपोर्टेंट फार्म है इहनां चों फैमिली इमीग्रेशन लई जिहदे 'च असीं ग्रीन कार्ड अप्लाई करते हैं चाहे वह हसबेंड वाइफ का जिहड़ा केस हुंदा सिटीजन किसी का मतलब विआह करके इत्थे किसी का एडजस्टमेंट ऑफ स्टेटस करता अमरीका जां किसी ने सैलम लिया उस साल बाद ग्रीन कार्ड अप्लाई करता। सो जिन्हें भी अमरीका 'च रह के ग्रीन कार्ड अप्लाई करना उन्हूं I-485 जिहड़ा फार्म भरना पैंदा विद EAD विद वर्क परमिट ते एडवांस परोल ते बायोमैट्रिक। इहदे 'च वर्क परमिट अप्लाई हुंदा एडवांस परोल हुंदी आ ते फिंगरप्रिंट हुंदे आ। इहदी जिहड़ी हुण मौजूदा फीस आ 1225 जिहड़ी फीस हुण वधेगी 2 महीने बाद यह होएगी 2820। सो इहदी फीस जिहड़ी आ वह ऑलमोस्ट डबल तो भी वध हो जाएगी इस ग्रीन कार्ड वास्ते I-485 की। दूजा हैगा वर्क परमिट जिहड़ा आपां वर्क परमिट अप्लाई करते हैं I-765 फार्म इहदी जिहड़ी रिन्यूअल की फीस है रिन्यू कराउण दी 410 है यह वध के हो जाएगी 650। तो जिहड़ा ऑनलाइन करना वर्क परमिट उहदी 410 है वह 555 हो जाएगी। तो I-131 जिहड़ा ट्रैवल डाकूमेंट आ इहदी फीस हुण 575 है यह वध के हो जाएगी 630। सो इस करके I-485 ते वर्क परमिट ते ट्रैवल डाकूमेंट इन्हां दीआं फीसां दे विच जिहड़ा वाधा कीता गया ते उहदे नाल नाल जिहड़ी कम दी बेस ते जिहड़े इमीग्रेशन दे फार्म भरे जांदे ने जिवें H1B हो गया L1 हो गया O1 हो गया उहनां दीआं वी जिहड़ियां फीसां ने उहदे 'च वाधा कीता गया। यह वाधा लागू जिहड़ा यह जनवरी 4 तों 60 दिन तों बाद होएगा। सो मार्च तों अप्रोक्सीमेटली इह फीसां जिहड़ियां हैगियां उह वधणगियां। इस तों अलावा जिहड़ी होर इंपोर्टेंट खबर हैगी आ वह हैगी आ जी कि एक अपील कोर्ट ने वैक्सीन के खिलाफ मैंडेट दिता टैनसी कंटक्की ते ओहायो जिहड़ियां स्टेटा हैगियां खास करके मिडवेस्ट दीआं दी स्टेट आ ओहायो ते साउथ दी स्टेट आ टैनसी। तो इन्हां 'च अपील कोर्ट ने कहा भी जिहड़ा बैन सीगा ये 3 स्टेटा दे विच वैक्सीन दा ते वो ठीक है ते इस करके जिहड़ा फैडरल सरकार ने कहा भी वैक्सीन जिहड़ी आ वो लाई जावे पर इन्हां स्टेटा ने यह कहा भी वैक्सीन की लोड़ नहीं। तो जिहड़ी हुण सर्कट कोर्ट हैगी सिख सर्कट कोर्ट ऑफ अपील उन्हें कहता भी जिहड़ी वैक्सीन आ वह बंदे की मर्जी आ लावे जां ना लावे उहनूं तुसीं मैंडेट नहीं कर सकते यह नहीं कह सकते हरेक नूं लवाउणी पैणी आ। तो जिहड़ा यह मैंडेट सीगा गौरमेंट का एडमिनिस्ट्रेशन का फैडरल गौरमेंट का यह अनकॉन्सटीट्यूशनल सीगा ते उन्होंने कोर्ट ने जिहड़ी कि सिख सर्कट कोर्ट आ उन्हें कहा भी वैक्सीन लाउण दी कोई भी जिहड़ी आ इस किस्म की यह पाबंदी नहीं होनी चाहिए भी जरूरी लाउणी आ बंदे की मर्जी आ लावे ना लावे पर तुसीं उहनूं मैंडेट नहीं कर सकते डिमांड नहीं कर सकते कि हरेक बंदा वैक्सीन लावे। इहदे नाल नाल जिहड़ी होर इंपोर्टेंट खबर हैगी आ वो ये हैगी कि डिपार्टमेंट ऑफ होमलैंड सिक्योरिटी के जो सैकटरी ने मेयोरकस इन्होंने एक ABC न्यूज़ के नाल इंटरव्यू की आ तो इन्होंने ये कहा कि नॉन सिटीजन वर्करस हू विटनस लेबर वायलेशन कैन नाउ रिपोर्ट दैम विदाउट फीयर ऑफ देयर इमीग्रेशन स्टेटस बींग हैल्ड अगेंस्ट दैम।
individuals should feel free to come forward to complain about labor conditions because they have certain rights and they will not be exploited. So ਇਹ ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਜਿਹਦੇ ਅੰਡਰ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਆਉਂਦਾ, ਇਹਨਾਂ ਨੇ ਕਿਹਾ ਵੀ ਜੇ ਕੋਈ ਲੇਬਰ ਦੀ ਵਾਇਲੇਸ਼ਨ ਹੁੰਦੀ ਆ ਅਤੇ ਉਹ ਜਿਹੜਾ ਇੰਪਲੋਈ ਆ ਉਹਦੇ ਨਾਲ ਹੁੰਦੀ ਆ ਜਾਂ ਕਿਸੇ ਹੋਰ ਨਾਲ ਹੁੰਦੀ ਆ ਉੱਥੇ ਉਹਦੀ ਵਰਕ ਪਲੇਸ 'ਤੇ, ਅਤੇ ਉਹ ਡਰਦਾ ਮਾਰਾ ਰਿਪੋਰਟ ਨਹੀਂ ਕਰਦਾ ਵੀ ਮੈਂ ਕਿਤੇ ਡਿਪੋਰਟ ਹੀ ਨਾ ਹੋ ਜਾਵਾਂ, ਉਹਦੇ ਅਗੇਂਸਟ ਨਹੀਂ ਜਾਏਗਾ. ਸੋ ਇਸ ਕਰਕੇ ਜੇ ਕੋਈ ਇੰਪਲੋਇਰ ਜਿਹੜਾ ਉਹ ਐਕਸਪਲੋਇਟ ਕਰਦਾ ਇੰਪਲੋਈ ਨੂੰ ਕਿ ਇੰਪਲੋਈ ਨੂੰ ਤਨਖਾਹ ਪੂਰੀ ਨਹੀਂ ਦੇ ਰਿਹਾ ਜਾਂ ਉਹਨੂੰ ਤੰਗ ਕਰ ਰਿਹਾ ਜਾਂ ਉੱਥੇ ਕੰਡੀਸ਼ਨ ਠੀਕ ਨਹੀਂ ਹੈਗੀ, ਬਹੁਤ ਜ਼ਿਆਦਾ ਗੰਦਗੀ ਆ, ਕੋਈ ਸਫਾਈ ਨਹੀਂ, ਅਤੇ ਜਾਂ ਬਹੁਤ ਠੰਡ ਆ, ਕੋਈ ਹੀਟ ਹੈ ਨਹੀਂ, ਜਾਂ ਬਹੁਤ ਜ਼ਿਆਦਾ ਹੁਣ ਗਾਂ ਗਰਮੀਆਂ 'ਚ ਗਰਮੀ ਆ, ਉੱਥੇ ਕੋਈ ਕੂਲਿੰਗ ਦਾ ਪ੍ਰਬੰਧ ਨਹੀਂ ਕਿ ਬੰਦੇ ਦੀ ਸਿਹਤ ਖਰਾਬ ਹੋ ਸਕਦੀ ਆ, ਅਤੇ ਇਸ ਕਿਸਮ ਦਾ ਜਿਹੜਾ ਹੈਗਾ ਉਹ ਮਾਹੌਲ ਆ, ਜਾਂ ਉਹਨੂੰ ਪੇ ਠੀਕ ਨਹੀਂ ਕਰ ਰਿਹਾ ਵੀ ਤਨਖਾਹ ਬਹੁਤ ਘੱਟ ਦੇ ਰਿਹਾ, ਐਕਸਪਲੋਇਟ ਕਰ ਰਿਹਾ ਵੀ ਇਹਦੇ ਕੋਲ ਇਮੀਗ੍ਰੇਸ਼ਨ ਸਟੇਟਸ ਹੈ ਨਹੀਂਗਾ, ਉਹਦੇ 'ਚ ਹੁਣ ਸਰਕਾਰ ਇਹ ਕਹਿ ਰਹੀ ਆ ਵੀ ਜੇ ਕੋਈ ਇਸ ਕਿਸਮ ਦਾ ਇੰਪਲਾਈ ਜਿਹੜਾ ਕਿ ਆਪਣੇ ਇੰਪਲੋਇਰ ਤੋਂ ਤੰਗ ਆ, ਉਹਦੇ ਜਿਹੜੇ ਇੱਦਾਂ ਦੇ ਕੰਮ ਨੇ ਉਹਦੇ ਕਰਕੇ ਤੰਗ ਹੈਗਾ, ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਹ ਜੇ ਰਿਪੋਰਟ ਕਰਦਾ ਲੇਬਰ ਵਾਇਲੇਸ਼ਨ ਨੂੰ ਤਾਂ ਉਹਦੇ ਖਿਲਾਫ਼ ਇਮੀਗ੍ਰੇਸ਼ਨ ਕੋਈ ਐਕਸ਼ਨ ਨਹੀਂ ਲਏਗੀ. ਇਹ ਬਹੁਤ ਇੰਪੋਰਟੈਂਟ ਬਿਆਨ ਹੈ ਕਿਉਂਕਿ ਇਹਦੇ ਨਾਲ ਜਿਹੜੀਆਂ ਵਰਕ ਪਲੇਸਿਸ ਨੇ ਖਾਸ ਕਰਕੇ ਜਿੱਥੇ ਕਿ ਲੋਕ ਕੰਮ ਜ਼ਿਆਦਾ ਕਰਦੇ ਨੇ ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ, ਜਿਵੇਂ ਕਿ ਰੈਸਟੋਰੈਂਟ ਹੋ ਗਏ, ਮੋਟਲ ਹੋ ਗਏ, ਗੈਸ ਸਟੇਸ਼ਨ ਹੋ ਗਏ, ਜਾਂ ਜਿਹੜਾ ਕੰਸਟਰਕਸ਼ਨ ਦਾ ਕੰਮ ਹੋ ਗਿਆ, ਉੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਕਈਆਂ ਨੂੰ ਐਕਸਪਲੋਇਟ ਕੀਤਾ ਜਾਂਦਾ, ਪੈਸੇ ਘੱਟ ਦਿੱਤੇ ਜਾਂਦੇ ਆ, ਜਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਫੀ ਤੰਗ ਕੀਤਾ ਜਾਂਦਾ, ਜਾਂ ਉੱਥੇ ਕੰਡੀਸ਼ਨ ਜਿਹੜੀ ਹੁੰਦੀ ਆ ਰਹਿਣ ਜੋਗੀ ਨਹੀਂ ਹੁੰਦੀ, ਜਾਂ ਕੰਮ ਕਰਨ ਦੀ ਨਹੀਂ ਹੁੰਦੀ ਠੀਕ, ਅਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉਹੋ ਜਿਹੇ ਮਾੜੇ ਕੰਡੀਸ਼ਨਾਂ 'ਚ ਕੰਮ ਕਰਨ ਲਈ. ਅਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਹੁਣ ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਆ ਕਿ ਜੇ ਕੋਈ ਬੰਦਾ ਇਹੋ ਜਿਹੇ ਹਾਲਾਤ 'ਚ ਕੰਮ ਕਰ ਰਿਹਾ, ਉਹਦੀ ਐਕਸਪਲੋਇਟੇਸ਼ਨ ਹੋ ਰਹੀ ਆ, ਉਹ ਜੇ ਆਪਣੇ ਮਾਲਕ ਦੇ ਖਿਲਾਫ਼ ਜਿਹੜਾ ਉਹਦਾ ਇੰਪਲੋਇਰ ਆ ਜੀ ਉਹ ਕੰਮ ਕਰਦਾ ਉਹਦੇ ਖਿਲਾਫ਼ ਸ਼ਿਕਾਇਤ ਕਰੇਗਾ ਤਾਂ ਲੇਬਰ ਦੇ ਰਿਲੇਟਡ ਸ਼ਿਕਾਇਤ ਜਿਹੜੀ ਆ ਅਤੇ ਉਹਦੇ ਇਮੀਗ੍ਰੇਸ਼ਨ ਦਾ ਜਿਹੜਾ ਸਟੇਟਸ ਆ ਉਹ 'ਤੇ ਅਸਰ ਨਹੀਂ ਪਏਗਾ, ਇਮੀਗ੍ਰੇਸ਼ਨ ਉਹਨੂੰ ਨਹੀਂ ਫੜੇਗੀ, ਕੋਈ ਕਾਰਵਾਈ ਨਹੀਂ ਕਰੇਗੀ. ਅਤੇ ਇਹਦੇ ਨਾਲ ਹੋਰ ਇੰਪੋਰਟੈਂਟ ਖਬਰ ਜਿਹੜੀ ਹੈਗੀ ਆ ਉਹ ਸਦਰਨ ਬਾਰਡਰ ਬਾਰੇ ਆ ਕਿ ਸਦਰਨ ਬਾਰਡਰ ਜਿਹੜਾ ਹੈਗਾ ਅਮਰੀਕਾ ਦਾ ਉਹ ਤੁਸੀਂ ਜਾਣਦੇ ਹੀ ਹੋ ਵੀ ਉੱਥੇ ਕਾਫੀ ਜ਼ਿਆਦਾ ਲੋਕ ਆ ਰਹੇ ਨੇ. ਉੱਥੇ ਹੁਣ ਟਾਈਟਲ 42 ਲਾਗੂ ਹੋਇਆ, ਪਰ ਟਾਈਟਲ 42 ਆ ਇਹ ਬੇਸਿਕਲੀ ਜਿਹੜੇ ਸੈਂਟਰਲ ਅਮੈਰੀਕਨ ਕੰਟਰੀਜ਼ ਦੇ ਲੋਕ ਆ ਉਹਨਾਂ ਦੇ ਆ, ਜਿਹੜੇ ਆਪਣੇ ਇੰਡੀਆ ਤੋਂ ਆਉਂਦੇ ਲੋਕ ਪੰਜਾਬ ਹਰਿਆਣਾ ਵਗੈਰਾ ਉੱਥੇ ਨਹੀਂ ਲਾਗੂ. ਇਹਦੇ ਨਾਲ ਨਾਲ ਇੰਪੋਰਟੈਂਟ ਖਬਰ ਇਹ ਹੈਗੀ ਆ ਵੀ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਅਜੇ ਵੀ ਜਿਹੜੇ ਫੈਮਿਲੀਜ਼ ਦੇ ਨਾਲ ਆਉਂਦੇ ਆ ਉਹਨਾਂ ਨੂੰ ਸੇਮ ਪਾਲਿਸੀ ਆ ਕਿ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ. ਜੇ ਉਹਨਾਂ ਨਾਲ ਬੱਚੇ ਹੈਗੇ ਆ, ਜੇ ਇਕੱਲਾ ਬੰਦਾ ਆ ਓਵਰ 21 ਉਹਦੇ ਬਿਆਨ ਹੁੰਦੇ ਨੇ, ਜੇ ਬਿਆਨਾਂ 'ਚੋਂ ਪਾਸ ਹੋ ਜਾਵੇ ਤਾਂ ਫਿਰ ਰਿਲੀਜ਼ ਕਰਦੇ, ਨਾ ਹੋਵੇ ਤਾਂ ਉਹਦਾ ਇਮੀਗ੍ਰੇਸ਼ਨ ਜੱਜ ਕੋਲ ਇੱਕ ਚਾਂਸ ਹੁੰਦਾ, ਜੇ ਉੱਥੇ ਵੀ ਨਾ ਹੋਵੇ ਤਾਂ ਉਹਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਂਦਾ. ਸੋ ਇਹ ਸੀਗੀਆਂ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ. ਅਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ. ਅਤੇ ਸਾਰਿਆਂ ਤੋਂ ਪਹਿਲਾਂ ਤਾਂ ਸਾਡਾ ਧੰਨਵਾਦ ਕਰ ਰਹੇ ਨੇ, ਕਹਿ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਜਿਹੜੀ ਆ ਉਹ ਇਨਫੋਰਮੇਸ਼ਨ ਦਿੰਦੇ ਆ, ਸਾਨੂੰ ਬੜੀ ਜਾਣਕਾਰੀ ਮਿਲਦੀ ਆ. ਥੈਂਕ ਯੂ ਵੈਰੀ ਮੱਚ ਜੀ ਕਿ ਤੁਸੀਂ ਲਾਈਕ ਕਰਦੇ ਹੋ ਸਾਡਾ ਪ੍ਰੋਗਰਾਮ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ. ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਦਾ ਗ੍ਰੀਨ ਕਾਰਡ ਹੋਲਡਰ ਕੇਸ ਹੈ ਅਤੇ ਉਹਨੇ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਸੀਗਾ 2018 ਦਾ, ਉਹਦੇ ਬਾਅਦ ਡਾਕੂਮੈਂਟ ਅਪਰੂਵ ਹੋ ਗਏ 21 'ਚ, ਅਤੇ ਇਹਨਾਂ ਨੂੰ 60 ਡੇ ਦਾ ਨੋਟਿਸ ਮਿਲਦਾ, ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਲੱਗੂਗਾ ਜੀ ਇਹਦਾ, ਕਿਉਂ ਕਾਫੀ ਡਿਲੇ ਆ. ਜਿਹੜੀ ਨੀਤੀ ਹੁੰਦੀ ਸਰਕਾਰ ਦੀ ਹੁੰਦੀ ਵੀ ਪਹਿਲਾਂ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਉਹਨਾਂ ਦੀ ਇੰਟਰਵਿਊ ਕੀਤੀ ਜਾਵੇ, ਸੋ ਟਾਈਮ ਲੱਗੂਗਾ, ਤੁਹਾਨੂੰ ਵੇਟ ਕਰਨੀ ਪੈਣੀ. ਅਗਲਾ ਸਵਾਲ ਹੈ ਜੀ ਕਿ ਮੈਂ ਮਿਡਲ ਈਸਟ ਦੇ ਜਿਹੜੇ ਮੁਲਕ ਹੈਗੇ ਆ ਜਿਵੇਂ ਕਤਰ ਹੋਇਆ, ਡਬਈ, ਸਾਊਦੀ ਅਰੇਬੀਆ ਵਗੈਰਾ, ਉੱਥੇ ਮੈਂ ਹੈਵੀ ਟੇਲਰ ਟਰੱਕ ਡਰਾਈਵਰ ਹਾਂ, ਅਤੇ ਮੈਂ ਅਮਰੀਕਾ ਦੇ ਵਿੱਚ ਆ ਸਕਦਾ ਕਿ ਨਹੀਂ? ਦੇਖੋ, ਅਮਰੀਕਾ ਦੇ ਵਿੱਚ ਇਸ ਕਿਸਮ ਦੀ ਕੋਈ ਕੰਮ ਦੀ ਪ੍ਰੋਵੀਜ਼ਨ ਨਹੀਂ ਕਿ ਜੇ ਤੁਹਾਡੇ ਕੋਲ ਉੱਥੇ ਲਾਇਸੈਂਸ ਹੈ ਤਾਂ ਇੱਥੇ ਵੀ ਤੁਸੀਂ ਚਲਾ ਸਕਦੇ ਹੋ. ਅਮਰੀਕਾ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਹ ਜਿਹੜੇ ਲੋਕ ਕੇਸ ਅਪਲਾਈ ਕਰਦੇ ਜਿਵੇਂ ਪੋਲੀਟੀਕਲ ਸੈਲਮ ਦਾ ਜਾਂ ਵਿਆਹ ਦਾ, ਉਹਦੇ ਰਾਹੀਂ ਮਿਲਦਾ, ਸਿੱਧਾ ਨਹੀਂ ਮਿਲਦਾ. ਸੋ ਇਸ ਕਰਕੇ ਤੁਸੀਂ ਇੱਥੇ ਆ ਕੇ ਵਰਕ ਪਰਮਿਟ ਇਸ ਬੇਸ 'ਤੇ ਨਹੀਂ ਲੈ ਸਕਦੇ ਕਿ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜਾ ਹੈਗਾ ਉਹ ਟਰੱਕ ਡਰਾਈਵਰ ਹੋ, ਤਾਂ ਇੱਥੇ ਵੀ ਤੁਸੀਂ ਅਲਾਓ ਹੋ ਜੂਗਾ, ਇਸ ਕਿਸਮ ਦਾ ਵਰਕ ਪਰਮਿਟ ਦੀ ਪ੍ਰੋਵੀਜ਼ਨ ਨਹੀਂ ਹੈ. ਅਗਲਾ ਸਵਾਲ ਹੈ ਜੀ ਕਿ ਮੈਂ ਵਿਜ਼ਟਰ ਵੀਜ਼ੇ 'ਤੇ ਇੱਥੇ ਆਇਆ ਅਤੇ ਮੈਂ ਅਪਲਾਈ ਕੀਤਾ ਸੀਗਾ ਵਰਕ ਪਰਮਿਟ ਦੀ ਰਿਨੂਵਲ ਦਾ, ਅਜੇ ਤੱਕ ਨਹੀਂ ਆਇਆ ਅਤੇ ਵਰਕ ਪਰਮਿਟ ਮੇਰਾ ਖਤਮ ਹੋ ਗਿਆ. ਮੈਂ ਜੂਨ 'ਚ ਕੀਤਾ, ਜਿਨ੍ਹਾਂ ਨੇ ਅਗਸਤ ਤੋਂ ਪਹਿਲਾਂ ਅਪਲਾਈ ਕੀਤੇ ਆ ਉਹਨਾਂ ਨੂੰ ਤਕਰੀਬਨ 1 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ, ਪਰ ਅਗਸਤ ਤੋਂ ਬਾਅਦ ਜਿਹੜੇ ਬੰਦੇ ਵਰਕ ਪਰਮਿਟ ਹੁਣ ਅਪਲਾਈ ਕਰ ਰਹੇ ਆ ਰਿਨੂਵਲ ਲਈ, ਉਹ ਤਕਰੀਬਨ 2-3 ਮਹੀਨੇ ਦੇ ਵਿੱਚ ਵਿੱਚ ਆ ਰਿਹਾ, ਕਈਆਂ ਦਾ 2 ਮਹੀਨੇ 'ਚ ਹੀ ਆ ਰਿਹਾ.
पर ਪੁਰਾਣਿਆਂ ਨੂੰ ਅਜੇ ਵੀ ਟਾਈਮ ਲੱਗ ਰਿਹਾ ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਮੈਂ ਗਾਰਡੀਅਨਸ਼ਿਪ ਦਾ ਕੇਸ ਕਰ ਸਕਦਾ ਮੇਰੀ 19 ਸਾਲ ਦੀ ਉਮਰ ਆ। ਹਾਂਜੀ ਤੁਸੀਂ ਕਰ ਸਕਦੇ ਹੋ ਗਾਰਡੀਅਨਸ਼ਿਪ ਦਾ ਕੇਸ ਜੇ 19 ਸਾਲ ਦੀ ਉਮਰ ਹੈਗੀ ਆ ਤੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਿਹੜਾ ਗਾਰਡੀਅਨਸ਼ਿਪ ਹੁੰਦਾ ਉਹ 'ਚ 21 ਸਾਲ ਤੱਕ ਦੀ ਉਮਰ ਤੱਕ ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਤੇਜ਼ ਕਦੋਂ ਹੋਏਗੀ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਟਾਈਮ ਲੱਗੇਗਾ। ਅੱਜ ਕੱਲ੍ਹ ਬਹੁਤ ਸਲੋ ਆ ਕੈਟਾਗਰੀ ਇਹ, ਤਾਂ ਦੇਖਦੇ ਹਾਂ। ਅਤੇ ਅਗਲਾ ਸਵਾਲ ਹੈ ਜੀ ਕਿ ਮੇਰਾ ਕਲੋਕ 34 ਦਿਨ 'ਤੇ ਸਟੋਪ ਹੋਇਆ ਪਰ ਕੋਰਟ 'ਚ ਕੇਸ ਆ ਗਿਆ ਅਤੇ ਹੁਣ ਕਿੱਦਾਂ ਇਹ ਚੱਲ ਸਕਦਾ। ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ। ਇੱਕ ਵਾਰੀ ਕਲੋਕ ਬੰਦ ਹੋ ਜੇ ਫਿਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ। ਤੁਸੀਂ ਟਰਾਈ ਕਰ ਸਕਦੇ ਹੋ ਪਰ ਕੋਈ ਪੱਕੀ ਗਰੰਟੀ ਨਹੀਂ ਕਿ ਚੱਲੇਗਾ। ਅਗਲਾ ਸਵਾਲ ਹੈ ਜੀ ਕਿ ਸਾਡਾ CR1 ਵੀਜ਼ਾ ਫਾਈਲ NVC ਕੋਲ 3 ਅਗਸਤ ਨੂੰ ਓਕੇ ਹੋਈ ਸੀ, ਇੰਟਰਵਿਊ ਨੂੰ ਅਜੇ ਨਹੀਂ ਆਈ। ਲੱਗੇਗਾ ਜੀ ਟਾਈਮ ਅਜੇ ਇੰਟਰਵਿਊ ਨੂੰ। ਅੱਜ ਕੱਲ੍ਹ ਜਿਹੜਾ ਸਲੋ ਹੈ, ਹੁਣ ਦੇਖਦੇ ਹਾਂ ਕਿੰਨੀ ਕੁ ਵਾਰੀ ਲੱਗ, ਹੋ ਸਕਦਾ 2-3 ਮਹੀਨੇ ਹੋਰ ਲੱਗ ਜਾਣ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਅਸੈਲਮ ਦੇ ਕੇਸ ਹੈਗੇ ਉਹ ਪਾਸ ਹੋ ਰਹੇ ਆ? ਬਿਲਕੁਲ ਹੋ ਰਹੇ ਆ ਜੀ, ਸਾਡੇ ਹੁੰਦੇ ਰਹਿੰਦੇ ਆ। ਸਾਡੇ ਪਿੱਛੇ ਵੀ 4-5 ਕੇਸ ਪਾਸ ਹੋਏ ਆ, ਸੋ ਕੇਸ ਜਿਹੜੇ ਆ ਉਹ ਪਾਸ ਹੋ ਰਹੇ ਨੇ। ਅਤੇ ਇਹਦੇ 'ਚ ਜਿਹੜੀ ਇਸ ਕਿਸਮ ਦੀ ਜਿਹੜੀ ਹੈਗੀ ਆ ਉਹ ਕੋਈ ਸਮੱਸਿਆ ਨਹੀਂ। ਲੇਕਿਨ ਜਿਹੜੀ ਵੱਡੀ ਪ੍ਰੋਬਲਮ ਹੈਗੀ ਉਹ ਇਹ ਹੈਗੀ ਆ ਕਿ ਕੇਸ ਜਿਹੜਾ ਹੈਗਾ ਉਹਦੇ 5 ਸੈਲਮ ਦੇ ਗਰਾਊਂਡ ਆ ਉਹਨਾਂ ਵਿੱਚ ਹੋਣਾ ਚਾਹੀਦਾ। ਜੇ ਉਹਨਾਂ ਵਿੱਚ ਨਹੀਂ ਤਾਂ ਫਿਰ ਜਿਹੜਾ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ। ਅਗਲਾ ਜੀ ਤੁਹਾਡਾ ਜਿਹੜਾ ਸਵਾਲ ਹੈ ਉਹ ਇਹ ਹੈਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ US ਸਿਟੀਜ਼ਨਸ਼ਿਪ ਹੈ ਉਹਦੇ ਬਾਰੇ ਇਹ ਕਿਹਾ ਸੀਗਾ ਕਿ ਹੁਣ ਸਰਕਾਰ ਨਰਮੀ ਦਿਖਾਏਗੀ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੂੰ ਕਿ N648 ਫਾਰਮ ਜਿਹੜਾ ਡਾਕਟਰ ਦਾ ਚਾਹੀਦਾ। ਕੀ ਇਹ ਸੱਚ ਆ? ਹਾਂਜੀ ਬਿਲਕੁਲ, ਜਿਹੜੀ ਸਰਕਾਰ ਨੇ ਇਹ ਨੀਤੀ ਜਾਰੀ ਕੀਤੀ ਆ ਕਿ ਜਿਹੜੇ ਟੈਸਟ ਨਹੀਂ ਦੇ ਸਕਦੇ ਉਹਨਾਂ ਦਾ ਜੇ ਡਾਕਟਰ ਉਹਨਾਂ ਦਾ ਫਾਰਮ N648 ਭਰ ਕੇ ਦਿੰਦਾ ਤਾਂ ਉਹਦੇ ਨੂੰ ਥੋੜ੍ਹਾ ਜਿਹਾ ਨਰਮੀ ਨਾਲ ਦੇਖਿਆ ਜਾਏਗਾ। ਕਿਉਂਕਿ ਪਿੱਛੇ ਇਹ ਦੇਖਣ ਦੇ ਵਿੱਚ ਆਇਆ ਉਹਨਾਂ ਦੇ ਧਿਆਨ 'ਚ ਕਿ ਕਈ ਜਿਹੜੇ ਅਫਸਰ ਹੈਗੇ ਉਹ ਨਹੀਂ ਐਕਸੈਪਟ ਕਰ ਰਹੇ, ਖਾਸ ਕਰਕੇ ਇਹੋ ਜਿਹੇ ਕੇਸਾਂ ਜਿੱਥੇ ਬੰਦੇ ਹੈਂਡੀਕੈਪ ਨੇ, ਤੁਰ ਨਹੀਂ ਸਕਦੇ, ਵੀਲਚੇਅਰ 'ਤੇ ਆ, ਉਹਨਾਂ 'ਚ ਵੀ ਨਹੀਂ ਐਕਸੈਪਟ ਕਰਦੇ। ਤਾਂ ਸਰਕਾਰ ਨੇ ਕਿਹਾ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਨੂੰ ਮਤਲਬ ਐਕਸੈਪਟ ਕਰੋ ਅਤੇ ਐਕਸੈਪਟ ਕਰਕੇ ਤੁਸੀਂ ਇਹਨੂੰ ਇਹ ਦੇਖੋ ਵੀ ਜਿਹੜਾ ਇੱਕ N648 ਫਾਰਮ ਹੈ ਇਹ ਐਕਸੈਪਟ ਹੋਵੇ ਜੇ ਉਹ ਜੈਨੂਇਨ ਹੋਵੇ। ਉਹ ਇਹ ਨਹੀਂ ਵੀ ਹਰੇਕ ਦਾ ਐਕਸੈਪਟ ਹੋ ਜੂਗਾ, ਪਰ ਜੇ ਜੈਨੂਇਨ ਹੈਗਾ ਤਾਂ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਮੈਂ ਨਿਊਯਾਰਕ ਤੋਂ ਕਹਿੰਦੇ 5 ਦਿਨ ਆਇਆ ਅਤੇ Title 42 ਦੇ ਰਾਹੀਂ ਮੇਰੇ 'ਤੇ ਕੋਈ ਅਸਰ ਉਹਦਾ ਨਹੀਂ ਹੋਇਆ। ਅਤੇ ਠੀਕ ਹੈ ਜੀ, ਕਿਉਂਕਿ Title 42 ਅਸੀਂ ਤਾਂ ਕਹਿੰਦੇ ਆਮ ਤੌਰ 'ਤੇ ਕਿ ਉਹਦਾ ਉਸ ਜਿਹੜੀਆਂ ਸੈਂਟਰਲ ਅਮੈਰੀਕਨ ਕੰਟਰੀਜ਼ ਨੇ ਉਹਨਾਂ ਦਾ ਹੀ ਉਹ 'ਤੇ ਅਸਰ ਹੈਗਾ। ਜੇ ਤੁਸੀਂ ਸੈਂਟਰਲ ਅਮੈਰੀਕਨ ਕੰਟਰੀ ਤੋਂ ਨਹੀਂ ਹੈਗੇ, ਜਿਵੇਂ ਤੁਸੀਂ ਇੰਡੀਆ ਵਗੈਰਾ ਤੋਂ ਹੈਗੇ ਜਾਂ ਹੋਰਾਂ ਮੁਲਕਾਂ, ਉੱਥੇ Title 42 ਦਾ ਕੋਈ ਅਸਰ ਨਹੀਂ ਪੈਂਦਾ। ਅਗਲਾ ਸਵਾਲ ਹੈ ਜੀ ਕਿ ਵੀ ਹੈਵ ਸੈਲਮ ਪੈਂਡਿੰਗ, ਅਸੀਂ ਟਰੈਵਲ ਡਾਕੂਮੈਂਟ ਅਪਲਾਈ ਕਰ ਸਕਦੇ ਹਾਂ? ਤੁਸੀਂ ਜਿਹੜਾ ਸੈਲਮ ਪੈਂਡਿੰਗ ਆ ਉਹ ਬੰਦਾ ਇੱਥੇ ਅਮਰੀਕਾ 'ਚ ਰਹਿ ਤਾਂ ਸਕਦਾ ਅਤੇ ਕਿਤੇ ਵੀ ਕੰਮ ਕਰ ਸਕਦਾ, ਪਰ ਕੰਟਰੀ ਤੋਂ ਬਾਹਰ ਟਰੈਵਲ ਡਾਕੂਮੈਂਟ ਲੈ ਕੇ ਜੇ ਜਾਊਗਾ ਤਾਂ ਉਹਨੂੰ ਆਉਣ 'ਚ ਪ੍ਰੋਬਲਮ ਆ ਸਕਦੀ ਹੈ। ਸੋ ਇਸ ਕਰਕੇ ਅਸੀਂ ਰਿਕਮੈਂਡ ਇਹਨੂੰ ਨਹੀਂ ਕਰਦੇ। ਅਗਲਾ ਸਵਾਲ ਹੈ ਜੀ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਕੀ ਉਹ ਸੈਲਮ ਲਾ ਸਕਦਾ ਅਤੇ ਕੀ ਸੈਲਮ ਕੇਸ ਉਹਦਾ ਪਾਸ ਹੋ ਜੂਗਾ? ਦੇਖੋ ਸੈਲਮ ਕੇਸ ਤਾਂ ਕੋਈ ਵੀ ਲਾ ਸਕਦਾ ਅਮਰੀਕਾ ਦੇ ਵਿੱਚ, ਲੇਕਿਨ ਉਹਦਾ ਕੇਸ ਜਿਹੜੇ ਸੈਲਮ ਦੇ 5 ਗਰਾਊਂਡ ਆ ਉਹਨਾਂ 'ਚ ਆਉਣਾ ਚਾਹੀਦਾ। ਉਹਦੇ ਨਾਲ ਨਾਲ ਉਹਨੂੰ ਇਹ ਪ੍ਰੂਵ ਕਰਨਾ ਪੈਂਦਾ ਵੀ ਪਹਿਲਾਂ ਉਹਦੇ ਨਾਲ ਪਰਸੀਕਿਊਸ਼ਨ ਹੋਈ ਆ, ਕੁੱਟਮਾਰ ਹੋਈ ਆ ਅਤੇ ਫਿਊਚਰ 'ਚ ਵੀ ਹੋਣੀ ਆ, ਅਤੇ ਉਹਨੂੰ ਉਮੀਦ ਆ ਕਿ ਉੱਥੇ ਜੇ ਵਾਪਸ ਗਿਆ ਤਾਂ ਉਹਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਏਗਾ, ਕੁੱਟਿਆ ਮਾਰਿਆ ਜਾਏਗਾ। ਜੇ ਉਹ ਇਹ ਪ੍ਰੂਵ ਕਰਦਾ ਤਾਂ ਸੈਲਮ ਲਾ ਸਕਦਾ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਇਆ, ਚਾਹੇ ਉਹ ਬਾਰਡਰ ਕ੍ਰੋਸ ਕਰਕੇ ਉੱਦਾਂ ਹੀ ਆ ਗਿਆ, ਚਾਹੇ ਫੜਿਆ ਗਿਆ ਬਾਰਡਰ 'ਤੇ, ਜਿਵੇਂ ਮਰਜ਼ੀ ਆ ਉਹ, ਚਾਹੇ ਕੋਈ ਵਿਜ਼ਟਰ ਵੀਜ਼ੇ 'ਤੇ ਆਇਆ ਉਹ ਵੀ ਕਰ ਸਕਦਾ। ਸੋ ਕੋਈ ਵੀ ਕਰ ਸਕਦਾ, ਲੇਕਿਨ ਜਿਹੜੇ ਸੈਲਮ ਦੇ 5 ਗਰਾਊਂਡ ਨੇ ਉਹਦਾ ਕੇਸ ਹੋਣਾ ਚਾਹੀਦਾ, ਤੁਹਾਨੂੰ ਪ੍ਰੂਵ ਕਰਨਾ ਪਏਗਾ ਕਿ ਉਹਨੂੰ ਉੱਥੇ ਵਾਕਈ ਜਿਹੜੀ ਆ ਉਹ ਪ੍ਰੋਬਲਮ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਲੂਜ਼ੀਆਨਾ ਤੋਂ ਨਿਊਯਾਰਕ ਮੂਵ ਕਰਨ 'ਚ ਫਾਇਦਾ ਹੈਗਾ? ਇੱਥੇ ਜਿਹੜਾ ਜ਼ਿਆਦਾ ਡਿਨਾਇਰ ਰੇਟ 82% ਆ। ਬਿਲਕੁਲ ਜੀ, ਜੇ ਹੁਣ ਜਿਹੜੀਆਂ ਖਾਸ ਕਰਕੇ ਇਹ ਸਟੇਟਾਂ ਹੈਗੀਆਂ ਟੈਕਸਸ, ਲੂਜ਼ੀਆਨਾ ਵਗੈਰਾ, ਉੱਥੇ ਘੱਟ ਕੇਸ ਪਾਸ ਹੁੰਦੇ ਆ, ਅਤੇ ਨਿਊਯਾਰਕ ਅਤੇ ਕੈਲੀਫੋਰਨੀਆ ਉਹਨਾਂ ਨਾਲੋਂ ਜ਼ਿਆਦਾ ਹੁੰਦੇ ਆ। ਸੋ ਇਸ ਕਰਕੇ ਤੁਸੀਂ ਮੂਵ ਕਰਾ ਸਕਦੇ ਹੋ, ਪਰ ਮੂਵ ਕਰਾਉਣ ਲਈ ਤੁਹਾਨੂੰ ਨਿਊਯਾਰਕ ਆ ਮੂਵ ਹੋਣਾ ਪੈਣਾ। ਤੁਸੀਂ ਲੂਜ਼ੀਆਨਾ ਰਹਿ ਕੇ ਆਪਣਾ ਕੇਸ ਨਿਊਯਾਰਕ 'ਚ ਨਹੀਂ ਮੂਵ ਕਰਾ ਸਕਦੇ, ਤੁਹਾਨੂੰ ਖੁਦ ਨਿਊਯਾਰਕ ਰਹਿ ਕੇ ਜਾਣਾ ਪਏਗਾ, ਉੱਥੇ ਮੂਵ ਹੋਣਾ ਪਏਗਾ, ਤਾਂ ਇਹ ਹੋ ਸਕਦਾ।
अगला सवाल है जी कि ये दसो कि ये जड़ा F4 कैटेगरी है ये कदों क तेज होएगी, ये बारे कुछ नहीं कह सकते जी, इनू अजे टाइम लगेगा तो देखो किन्ना टाइम यदा लगता। अगला जी कि मेरा स्टडी वीज़ा जड़ा है स्टूडेंट वीज़ा रिफ्यूज़ हो गया, तो जे मैं इतने उदा ही आ जा क्रॉस करके बॉडर तो मैं सैलम अपलाई करूँगा, की मैं कर सकता? मैं दस के हटिया जी कि सैलम कोई भी अपलाई कर सकता, जिहड़ा बॉर्डर क्रॉस करके आउंदा वह भी कर सकता, जिहड़ा स्टूडेंट इत्थे आ जांदा वह भी कर सकता, जिहड़ा विजिटर आया वह भी कर सकता, पर केस सच्चा होना चाहिए। जिहड़े सैलम के पांच ग्राउंड ने उन्हां दे विच केस होना चाहिए, जो उन्हां च हैगा तुसीं कर सकते हैं, कोई प्रॉब्लम नहीं। अगला सवाल है जी कि ये दसो कि F4 कैटेगरी मई 2005 का केस है, डाकूमेंट क्वालीफाई हो गए 2022 अक्टूबर नूं, पर अजे तक इंटरव्यू नहीं आई, किन्ना टाइम लगेगा? इहनूं टाइम लगेगा जी, सो तुसीं वेट करो, तो 3-4 महीने होर जो लग सकते, ज़्यादा भी लग सकता। अगला सवाल है जी कि ये दसो कि इंडियन बॉर्डर क्रॉस करके जोड़े आते कोई न्यू पॉलिसी जो इंडिया तो आते कोई है? देखो जी जी पॉलिसी है जनरल सारे लिए है सरकार की, लेकिन जोड़ा टाइटल 42 ये लागू कर रहे हो जो सेंट्रल अमेरिकन लोगों से कर रहे, क्योंकि बहुत बड़े काफल हज़ारों की गिनती चाहते हैं इकट्ठे, जिहड़े इंडिया तो लोग आउंदे आ ये थोड़े थोड़े मतलब करके आउंदे, इस करके इन्हां ते लागू नहीं हुंदा, सो सरकार जिहड़ी आ जे इन्हां ते वो पॉलिसी लागू नहीं कर रही। इमीग्रेशन कोर्ट की की खबर है? इमीग्रेशन कोर्ट की खबर यह भी डेटा लंबिया पै रही जी, जिहड़े सैलम के केस है वो लंबी डेट जज दे रहे, 25 दे रहे, 24 दे रहे, उसका रीज़न है कि केस ज़्यादा ने, जज जिहड़े हैगे वो घट आ, उसके मुताबिक केस करके डेटा लंबिया मिल रही। अगला सवाल है जी कि वर्क परमिट अक्टूबर च अपलाई किया, नोटिस 10 नवंबर नो आया, किन्ना टाइम लगेगा? इनू तकरीबन 1.5 to 2 महीने लगने चाहिए है जी, वो आना चाहिए जो सारा कुछ ठीक ठाक है, जे उन्होंने कोई होर थोड़े तो एविडेंस मंग ली या कोई होर है फिर होर भी डिले हो सकती है। अगला सवाल है कि मेरी मॉम US सिटीजन, उन्हें मेरा अपलाई किया 2019, किन्ना टाइम लगेगा? मैं मैरिड ऑर्डर है F3 कैटेगरी की गल कर रहे हैं, तो जी F3 कैटेगरी है वो तो यह 2008 चल रहा जी, सो इनू बहुत टाइम जिहड़ा हैगा लगना, जे वेट करो। अगला सवाल है जी कि 1 year से I-730 एडमिनिस्ट्रेटिव प्रोसैसिंग केस पिया हुआ, किन्ना टाइम लगेगा? इहदी कोई टाइम लिमिट नहीं जी हुंदी, जे साल हो गया इहनू ज़्यादा टाइम भी लग सकता, 1.5 साल 2 साल भी लग सकता, सो वेट ही करनी पैणी, जां तुसीं इनक्वायरी उत्थे कर सकते हो। अगला सवाल है जी कि मैं 19 साल की मेरी उम्र है, तो किन्ने चांस है कि मेरे ते डेपुटेशन लगे? ये इदा डेपुटेशन नहीं लगती जी, जे तुसी इत्थे कोई केस लाया जां लाउणा वो केस से डिपेंड करेगा, जे केस तुहाडा पास होने वाला हैगा पास होएगा फिर डेपुटेशन क्यों लगेगी, इस तरह उम्र करके डेपुटेशन नहीं लगती, भी थोड़ी 19 साल की उम्र है उनको डिपोर्ट कर देंगे, इदा का इस किस्म का इतने अमरीका दे विच कोई ना ला है ना सिस्टम है, वो तो केस से डिपेंड करता भी केस का की मैरिट है। अगला सवाल है जी कि मैं इटली विच हाँ, तो मैं मूव होना चाहना अमरीका, तो मेरे बच्चों को वाइफ को इटैलीयन जी हैगी इमीग्रेशन हैगी, इतने कोई यहोजा तरीका है नहीं जी, EB5 तो है इनवैसटमेंट का, पर होर कोई तरीका इतने मूव होने का इस किस्म का नहीं है, थोड़ा इतने वर्क परमिट मिल सके, तो ये कोई इस किस्म का इतने रस्ता नहीं जी, हालांकि थोड़ी जो किसी ने पटीशन वगैरह की हुई है भरा भैन ने तो वारी आ गई या माँ बाप ने, वो होर गल। अगला सवाल है जी कि मेरा पासपोर्ट च वर्क परमिट ना जो डिफरेंट हैगा तो की करिए? ठीक करा सकते हो अपने प्रूफ दे के, कोई एड्डी गल नहीं, ठीक कर देंगे, सो इस करके तो उन्होंने कॉन्टैक्ट करना पैना भी वो ठीक कर, जो थोड़े को जिन्हें भी प्रूफ है असली ना दे उन्होंने भेजो तो उत्ते करैक्शन हो सकती है। अगला सवाल है जी कि F4 कैटेगरी जनवरी 2006 दे विच डेट है साड़ी, तो इनू किन्ना टाइम लगेगा? इनू लगेगा जी तो 2005 चली जाता, मैं पिछले दस के हटियाँ कि मई 2005 वाले की इंटरव्यू नहीं आई, सो टाइम लगेगा। 2006 F4 कैटेगरी किन्ना टाइम लगेगा? इनू लगेगा जी, ये साल भी लग सकता, ज़्यादा भी लग सकता, क्योंकि अजे तो फिलहाल 2005 ही चल रहा। अगली है जी कि ये दसो कि F4 कैटेगरी का कोई फास्ट हो सकता कोई हल? नहीं जी, ये आप मतलब तेज़ होने का कोई रस्ता नहीं, जी कैटेगरी चल रही है हम 2005 चल रहा, जिदा अजे पहला वो आएगा उस तो बाद बाकी आने के, बाकी इदा का फास्ट होने का कोई तरीका नहीं है,
भी इनू फास्ट जिहड़ा हैगा उह कीता जा सके ये अपने हिसाब नाल ही है जिन्ना टाइम उन्हां दा लग्गिया। तो अगला सवाल है जी कि ये दसो कि हुण बौंड किन्ने दा पै रहा। ये डिपेंड करता जी, कईयां नूं तां बौंड पैंदा नहीं, उदां ही छड्ड दिंदे आ ये, तो कईयां नूं पैंदा, कईयां नूं 3,000 दा, 15,000, 10,000 दा। ये डिपेंड करता कि जे आइस पाउंदी उह घट पाउंदी है, जे इमीग्रेशन कोर्ट पाउंदी आ वो बौंड ज़्यादा जिहड़ा हैगा वह पाउंदी आ। सो ये सी जी थोड़े सवालों के जवाब, आस है कि तुहानूं प्रोग्राम पसंद आया होगा। इस तरह ही मिलांगे अगले वीक इसे प्रोग्राम। सत श्री अकाल जी।